ਨਜ਼ਦੀਕ ਕਵਿਤਾ ਹੈ ਕਿ ਮਾਪੇ ਕੋਈ ਮਾਪਿਆਂ ਵਰਗਾ ਬਣ ਨਹੀਂ ਸਕਦਾ, ਮਾਪੇ ਰੱਬ ਦਾ ਰੂਪ ਹੁੰਦੇ। ਕੋਈ ਮਾਪਿਆਂ ਵਰਗਾ ਬਣ ਨਹੀਂ ਸਕਦਾ, ਮਾਪੇ ਰੱਬ ਦਾ ਰੂਪ ਹੁੰਦੇ। ਹਾਂਜੀ, ਸ਼ਾਬਾਸ਼। ਮੇਰਾ ਪਾਪਾ ਸਵੇਰੇ ਕੰਮ ਤੇ ਚਲਾ ਜਾਂਦਾ, ਮੇਰਾ ਪਾਪਾ ਸਵੇਰੇ ਕੰਮ ਤੇ ਚਲਾ ਜਾਂਦਾ। ਅਸੀਂ ਸੁੱਤੇ ਹਾਂ ਜਦੋਂ ਕੂਕ ਹੁੰਦੇ, ਅਸੀਂ ਸੁੱਤੇ ਹਾਂ ਜਦੋਂ ਕੂਕ ਹੁੰਦੇ। ਦਿਨ ਚੜ੍ਹਨ ਤੋਂ ਪਹਿਲਾਂ ਮੇਰੀ ਮੰਮੀ ਉੱਠ ਖਲੋਂਦੀ ਏ, ਦਿਨ ਚੜ੍ਹਨ ਤੋਂ ਪਹਿਲਾਂ ਹੀ ਮੇਰੀ ਮੰਮੀ ਉੱਠ ਖਲੋਂਦੀ ਏ। ਸਾਡਾ ਪੇਟ ਭਰਨ ਲਈ ਰੋਟੀ ਟੁੱਕ ਬਣਾਉਂਦੀ ਏ, ਸਾਡਾ ਪੇਟ ਭਰਨ ਲਈ ਰੋਟੀ ਟੁੱਕ ਬਣਾਉਂਦੀ ਏ। ਸਾਰੇ ਯਤਨ ਹਰ ਯਤਨ ਨੇ ਕਰਦੇ ਸਾਡੇ ਲਈ ਉਹ, ਹਰ ਯਤਨ ਨੇ ਕਰਦੇ ਸਾਡੇ ਲਈ ਉਹ। ਭਾਵੇਂ ਸੂਤ ਨਾ ਹੁੰਦੇ, ਭਾਵੇਂ ਸੂਤ ਨਾ ਹੁੰਦੇ। ਕੋਈ ਮਾਪਿਆਂ ਵਰਗਾ ਬਣ ਨਹੀਂ ਸਕਦਾ, ਮਾਪੇ ਰੱਬ ਦਾ ਰੂਪ ਹੁੰਦੇ। ਕੋਈ ਮਾਪਿਆਂ ਵਰਗਾ ਬਣ ਨਹੀਂ ਸਕਦਾ, ਮਾਪੇ ਰੱਬ ਦਾ ਰੂਪ ਹੁੰਦੇ। ਨਾਮ ਮਾਂ, ਮਾਂ ਸਭ ਤੋਂ ਪਿਆਰੀ ਹੁੰਦੀ ਹੈ, ਇਹ ਰੁੱਖਾਂ ਦੀ ਛਾਂ ਹੁੰਦੀ ਹੈ। ਜਦੋਂ ਸਕੂਲੋਂ ਆਵਾਂ ਮਾਂ ਦੇ ਹੱਥ ਦੀ ਚੂਰੀ ਖਾਵਾਂ, ਖੁਦ ਘੱਟ ਖਾਂਦੀ ਮਾਂ ਮੈਨੂੰ ਵੱਧ ਖਵਾਉਂਦੀ ਮਾਂ। ਰੋਂਦਿਆਂ ਨੂੰ ਚੁੱਪ ਕਰਾਉਂਦੀ ਮਾਂ, ਸਭ ਦਾ ਸਾਥ ਨਿਭਾਉਂਦੀ ਮਾਂ। ਹਰ ਰੋਜ਼ ਜਦੋਂ ਸਕੂਲੋਂ ਆਵਾਂ ਮਾਂ ਦੀ ਚੂਰੀ ਖਾਵਾਂ, ਹਰ ਰੋਜ਼ ਸਕੂਲੋਂ ਆਵਾਂ ਮਾਂ ਦੇ ਹੱਥ ਦੀ ਚੂਰੀ ਖਾਵਾਂ। ਜਦੋਂ ਸਵੇਰੇ ਉੱਠਦੀ ਮਾਂ, ਸਭ ਦਾ ਸਾਥ ਨਿਭਾਉਂਦੀ ਮਾਂ। ਜਦੋਂ ਸਵੇਰੇ ਉੱਠਦੀ ਮਾਂ, ਸਭ ਦਾ ਸਾਥ ਨਿਭਾਉਂਦੀ ਮਾਂ। ਖੁਦ ਘੱਟ ਖਾਂਦੀ ਮਾਂ ਮੈਨੂੰ ਵੱਧ ਖਵਾਉਂਦੀ ਮਾਂ। ਜਦੋਂ ਸਵੇਰੇ ਉੱਠਦੀ ਮਾਂ, ਸਭ ਦਾ ਸਾਥ ਨਿਭਾਉਂਦੀ ਮਾਂ। ਸਾਨੂੰ ਹਮੇਸ਼ਾ ਸੱਚ ਸਿਖਾਉਂਦੀ, ਸਾਨੂੰ ਹਮੇਸ਼ਾ ਸੱਚ ਸਿਖਾਉਂਦੀ, ਕਦੇ ਨਾ ਝੂਠਦੀ ਕਿਤਾਬ ਪੜ੍ਹਾਉਂਦੀ। ਪੜ੍ਹਾ ਰਹੀ ਹਾਂ, ਜਿਸ ਦਾ ਨਾਮ ਹੈ ਮਾਂ। ਮੇਰੀ ਪਿਆਰੀ ਪਿਆਰੀ ਮਾਂ, ਭਾਗਾਂ ਵਾਲੀ ਰਾਣੀ ਮਾਂ, ਸੌ ਸੌ ਮੈਨੂੰ ਲਾਡ ਲੜਾਵੇ, ਬੁੱਕਲ ਗੋਦੀ ਚੁੱਕ ਖਿੜਾਵੇ, ਮੇਰੇ ਵੱਲ ਉਹ ਦੇਖ ਕੇ ਹੱਸੇ, ਗਿੱਲੀ ਥਾਂ ਤੇ ਆਪ ਹੈ ਸੌਂਦੀ, ਮੈਨੂੰ ਸੁੱਕੀ ਥਾਂ ਤੇ ਪਾਉਂਦੀ। ਮੇਰੀ ਮਾਂ ਤਾਂ ਗੂੜੀ ਛਾਂ, ਮਾਂ ਏ ਰੱਬ ਦਾ ਦੂਜਾ ਨਾਂ। ਮੇਰੀ ਮਾਂ ਤਾਂ ਗੂੜੀ ਛਾਂ, ਮਾਂ ਏ ਰੱਬ ਦਾ ਦੂਜਾ ਨਾਂ। ਮਾਂ ਦਾ ਸੁੱਖ ਭੁਲਾਇਓ ਨਾ, ਮਾਂ ਦਾ ਦਿਲ ਦੁਖਾਇਓ ਨਾ, ਮਾਂ ਦਾ ਸੁੱਖ ਭੁਲਾਇਓ ਨਾ, ਮਾਂ ਦਾ ਦਿਲ ਦੁਖਾਇਓ ਨਾ। ਮਾਂ ਤਾਂ ਜਗ ਦੀ ਜਨਨੀ ਹੈ, ਮਾਂ ਤਾਂ ਇੱਕ ਕੁਰਬਾਨੀ ਹੈ, ਮਾਂ ਹੀ ਜਗ ਦੀ ਜਨਨੀ ਹੈ, ਮਾਂ ਹੀ ਇੱਕ ਕੁਰਬਾਨੀ ਹੈ। ਮਾਂ ਤਾਂ ਹਰਮਾ ਭਾਗਾਂ ਵਾਲੀ ਮਾਂ, ਤੇਰੇ ਸਦਕੇ ਜਾਵਾਂ ਮਾਂ। ਹਰਮਾ ਭਾਗਾਂ ਵਾਲੀ ਮਾਂ, ਤੇਰੇ ਸਦਕੇ ਜਾਵਾਂ ਮਾਂ। ਮੇਰੀ ਪਿਆਰੀ ਪਿਆਰੀ ਮਾਂ, ਭਾਗਾਂ ਵਾਲੀ ਰਾਣੀ ਮਾਂ, ਸੌ ਸੌ ਮੈਨੂੰ ਲਾਡ ਲੜਾਵੇ, ਬੁੱਕਲ ਗੋਦੀ ਚੁੱਕ ਖਿੜਾਵੇ। ਧੰਨਵਾਦ। ਬਹੁਤ ਅੱਛਾ, ਪੂਰਾ ਕਰ ਦਿਓ ਮੇਰਾ ਇਹ ਖਵਾਬ, ਲਫਾਫੇ ਸੁੱਟ ਪਾਣੀ ਕਰੋ ਨਾ ਇਹ ਗੰਧਲੇ, ਕਿਸਨੇ ਬਣਾਏ ਨੇ ਅਸੂਲ ਇਹ ਚੰਦਰੇ, ਨਾ ਸਾੜੋ ਨਾ ਅੱਗ ਲਾਓ ਪਰਾਲੀ ਨੂੰ, ਸਾਂਭ ਸਾਂਭ ਰੱਖੋ ਤੁਸੀਂ ਇੱਕ ਇੱਕ ਟਾਣੀ ਨੂੰ। ਗੱਲ ਮੇਰੀ ਸੁਣੋ ਧਿਆਨ ਨਾਲ ਜਨਾਬ, ਰੰਗਲੇ ਪੰਜਾਬ ਨੂੰ ਨਾ ਬਣਾਓ ਗੰਧਲਾ ਪੰਜਾਬ, ਬੋਤਲਾਂ ਨਾ ਸੁੱਟੋ ਵਿੱਚ ਇਹ ਰਾਵਾਂ, ਧੂਏ ਨਾਲ ਨਾ ਕਰੋ ਪ੍ਰਦੂਸ਼ਣ ਵਿੱਚ ਹਵਾਵਾਂ, ਹੱਥ ਉੱਤੇ ਹੱਥ ਲੋਕ ਜੇ ਧਰਨ, ਤਾਂ ਸਾਫ਼ ਹੋਵੇ ਸਾਡਾ ਵਾਤਾਵਰਨ। ਗੱਲ ਮੇਰੀ ਸੁਣੋ ਇਹ ਜਨਾਬ, ਰੰਗਲੇ ਪੰਜਾਬ ਨੂੰ ਨਾ ਬਣਾਓ ਗੰਧਲਾ ਪੰਜਾਬ, ਬਸ ਮੇਰਾ ਪੂਰਾ ਕਰ ਦਿਓ ਇੱਕ ਖੁਆਬ, ਬਸ ਮੇਰਾ ਪੂਰਾ ਕਰ ਦਿਓ ਇਹ ਇੱਕ ਖੁਆਬ। ਬਹੁਤ ਹੀ ਕ੍ਰਿਸ਼ਨਪ੍ਰੀਤ ਕੌਰ ਹੈ, ਅੱਜ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਚੱਲੀ ਹਾਂ, ਜਿਸ ਦਾ ਨਾਮ ਹੈ ਨਸ਼ਿਆਂ ਵਿੱਚ ਰੁਲਦੀ ਜਵਾਨੀ।
ਮੈਂ ਗੱਲ ਕਰਦਾ ਅੱਜ ਉਸ ਜ਼ਹਿਰ ਦੀ ਜਿਹਦੇ ਪਰਲੇ ਕੁੱਟ ਹਜ਼ਾਰ ਮੀਆਂ। ਮੈਂ ਗੱਲ ਕਰਦਾ ਅੱਜ ਉਸ ਜ਼ਹਿਰ ਦੀ ਜਿਹਨੇ ਕੀਤਾ ਪੰਜਾਬ ਬਰਬਾਦ ਮੀਆਂ। ਕਈ ਸੜਕਾਂ ਤੇ ਪਈ ਰੁਲਦੇ ਨੇ, ਕਈ ਰੁਲਦੇ ਪਏ ਬਾਜ਼ਾਰ ਮੀਆਂ। ਕਈ ਤੜਫ ਤੜਫ ਕੇ ਮਰ ਗਏ ਨੇ, ਕਈ ਹੋਰੇ ਬਿਹਾਲੋ ਬਿਹਾਲ ਮੀਆਂ। ਮੇਰੇ ਪੰਜਾਬ ਦੀ ਰੁਲਦੀ ਜਵਾਨੀ ਦੇਖ ਕੇ ਮੈਂ ਹੁਣਾਂ ਆ ਬੜਾ ਪਰੇਸ਼ਾਨ ਮੀਆਂ। ਕੁੱਝ ਕੇ ਇਹਦੀ ਫਾਂਸੀ ਲੱਗ ਰਹੇ ਨੇ, ਕੁੱਝ ਕੁ ਫੰਦੇ ਕਰਨ ਤਿਆਰ ਮੀਆਂ। ਸਭ ਲਾਲਚ ਦੇ ਇਹਨਾਂ ਨੂੰ ਫੜਵਾ ਨਸ਼ਿਆਂ ਵੱਲ ਲਿਜਾਣ ਮੀਆਂ। ਕਈ ਪਏ ਹਸਪਤਾਲਾਂ ਵਿੱਚ ਹੋ ਬਿਮਾਰੀਆਂ ਦੇ ਸ਼ਿਕਾਰ ਮੀਆਂ। ਫਿਰ ਲੱਭਦੇ ਨੇ ਇਲਾਜ ਇਹਦਾ, ਨਸ਼ੇ ਛੱਡਣ ਲਈ ਹੋ ਤਿਆਰ ਮੀਆਂ। ਸਭ ਸੋਮਰਸ ਦਾ ਖੂਹ ਸਮਝ ਕੇ ਇਹਨੂੰ ਨਸ਼ਿਆਂ ਵਿੱਚ ਡੋਬੀ ਜਾਣ ਮੀਆਂ। ਇਸ ਗੰਦੇ ਨਸ਼ੇ ਨੂੰ ਰੋਕਣ ਲਈ ਲੱਗਣ ਨਾਰੇ ਹਜ਼ਾਰ ਮੀਆਂ। ਇਸ ਨਸ਼ੇ ਦੇ ਮਾਵਾਂ ਦੇ ਪੁੱਤ ਖੋਲੇ ਤੇ ਕੁੱਝ ਕੁ ਪੁੱਤ ਖੋਣ ਲਈ ਹੈ ਇਹ ਤਿਆਰ ਮੀਆਂ। ਤੁਹਾਨੂੰ ਕਿੰਨੀਆਂ ਕਲਿਕਟਾਂ ਦੇ ਵਿੱਚ ਦੱਸਾਂ ਮੈਂ, ਇਸ ਨਸ਼ੇ ਦਾ ਕੋਈ ਨਹੀਂ ਹੈ ਸਰਕਾਰ ਕੋਲ ਇਲਾਜ ਮੀਆਂ। ਮੇਰਾ ਰੰਗਲਾ ਪੰਜਾਬ ਬੇਰੰਗ ਕਰਤਾ ਇਹ ਚਿੱਟਾ ਸਮੈਕਤੇ ਨੇ ਸ਼ਰਾਬ ਮੀਆਂ। ਮੇਰਾ ਰੰਗਲਾ ਪੰਜਾਬ ਬੇਰੰਗ ਕਰਤਾ ਇਹ ਚਿੱਟਾ ਸਮੈਕਤੇ ਨੇ ਸ਼ਰਾਬ ਮੀਆਂ। ਧੰਨਵਾਦ। ਸਤਿ ਸ਼੍ਰੀ ਅਕਾਲ, ਤੁਹਾਡੇ ਸਾਹਮਣੇ ਪੇਸ਼ ਕਵਿਤਾ ਮਾਂ ਬੋਲੀ। ਆਓ ਮਾਂ ਬੋਲੀ ਦਾ ਸਤਿਕਾਰ ਕਰੀਏ, ਮਾਵਾਂ ਵਾਂਗੂ ਪਿਆਰ ਕਰੀਏ, ਪੰਜਾਬੀ ਆਪਾਂ ਬੋਲਿਆ ਕਰੀਏ, ਅੰਗਰੇਜ਼ੀ ਹਿੰਦੀ ਪਰਾਂ ਕਰੀਏ, ਚਲੋ ਇਸਦਾ ਪ੍ਰਚਾਰ ਕਰੀਏ, ਪੰਜਾਬੀ ਦੀ ਪਹਿਚਾਣ ਕਰੀਏ, ABC ਨੂੰ ਛੱਡ ਕੇ ਊੜਾ ਆੜਾ ਬੋਲਿਆ ਕਰੀਏ। ਆਓ ਮਾਂ ਬੋਲੀ ਦਾ ਸਤਿਕਾਰ ਕਰੀਏ, ਮਾਵਾਂ ਵਾਂਗੂ ਪਿਆਰ ਕਰੀਏ, ਆਓ ਮਾਂ ਬੋਲੀ ਦਾ ਸਤਿਕਾਰ ਕਰੀਏ, ਮਾਵਾਂ ਵਾਂਗੂ ਪਿਆਰ ਕਰੀਏ। ਥੈਂਕ ਯੂ। ਮੇਰੀ ਕਵਿਤਾ ਦਾ ਨਾਮ ਹੈ ਨਿੰਮ। ਮੈਂ ਘਰ ਵਿੱਚ ਲਾਇਆ ਇੱਕ ਰੁੱਖ ਨਿੰਮ ਦਾ, ਹੋ ਗਿਆ ਏ ਹੁਣ ਉਹ ਸਾਲ 3 ਦਾ, ਲੱਗਦਾ ਏ ਫਾਲੇ ਨੂੰ ਪੀਲੇ ਰੰਗ ਦਾ, ਬਣਦਾ ਏ ਦਾਰੂਏ ਤੋਂ ਬਿਮਾਰ ਦੰਦ ਦਾ, ਵੈਦ ਤੇ ਹਕੀਮੇ ਦੇ ਗੁਣ ਦੱਸਦੇ, ਜਿਹੜੇ ਘਰ ਨਿੰਮ ਉੱਥੋਂ ਰੋਗ ਨੱਸਦੇ, ਸਾਉਣ ਦੇ ਮਹੀਨੇ ਧੀਆਂ ਪੀਂਗਾਂ ਪਾਉਂਦੀਆਂ, ਠੰਡੀ ਠੰਡੀ ਛਾਵੇਂ ਬਹਿ ਕੇ ਗੀਤ ਗਾਉਂਦੀਆਂ, ਗੁਣਾਂ ਦਾ ਸਿਆਣੇ ਇਹਨੂੰ ਆਖਦੇ ਭੰਡਾਰ ਜੀ, ਤਾਂ ਹੀ ਇਹਦੀ ਕਰਦਾ ਤਾਰੀਫ ਸੰਸਾਰ ਜੀ। ਧੰਨਵਾਦ। ਬੜੀ ਹੀ ਬੇਰਾਮੀ ਨਾਲ ਅਸੀਂ ਕੱਟ ਰਹੇ ਹਾਂ ਰੁੱਖਾਂ ਨੂੰ, ਤਾਂ ਹੀ ਘਰ ਘਰ ਵਿੱਚ ਬਿਮਾਰੀਆਂ, ਕਿੱਥੋਂ ਲੱਭੀਏ ਸੁੱਖਾਂ ਨੂੰ, ਹਵਾ ਪਾਣੀ ਤਾਂ ਆਪਣਾ ਆਪਾਂ ਗੰਦਲਾ ਕਰ ਬੈਠੇ, ਐਸੇ ਲਈ ਤਾਂ ਨਾਲ ਬਿਮਾਰੀਆਂ ਘਰ ਹਾਂ ਭਰ ਬੈਠੇ, ਕੁਦਰਤ ਨਾਲੋਂ ਜੁਦਾ ਅਸੀਂ ਨਾਤਾ ਤੋੜ ਲਿਆ, ਇੰਝ ਲੱਗਦਾ ਜਿਵੇਂ ਰੱਬ ਨੇ ਵੀ ਸਾਥੋਂ ਨਾਤਾ ਤੋੜ ਲਿਆ, ਆਓ ਮਿਲ ਕੇ ਸਾਰੇ ਆਪਾਂ ਖਸਮ ਖਾ ਲਈਏ, ਧਰਤੀ ਪਾਣੀ ਹਵਾ ਅਤੇ ਰੁੱਖ ਬਚਾ ਲਈਏ। ਧੰਨਵਾਦ। ਹਾਂਜੀ, ਅੱਗੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਅਣਜੰਮੀ ਧੀ ਦੀ ਪੁਕਾਰ। ਅੱਜ ਦਾ ਯੁੱਗ ਬੜਾ ਸੁਥਰਾ ਮਾਏ, ਪੇਟ ਚੋਂ ਕੱਢ ਦਿੰਦਾ ਤੇਰੇ ਦਿਲ ਦਾ ਟੁਕੜਾ ਮਾਏ, ਆਸਾਂ ਦੀ ਮੈਂ ਜੋਤ ਜਗਾ ਕੇ ਤੇਰੇ ਪੇਟ ਵਿੱਚ ਆਈ, ਪਰ ਅੱਜ ਦੇ ਸੁਥਰੇ ਲੋਕਾਂ ਨੇ ਕੱਢ ਮੇਰੀ ਲਾਸ਼ ਬਾਹਰ ਭਗਾਈ, ਕਰਦੀ ਮਾਂ ਕੂਕ ਪਕਾਰ, ਮੈਨੂੰ ਨਾ ਤੂੰ ਪੇਟ ਚ ਮਾਰ, ਮੈਨੂੰ ਨਾ ਤੂੰ ਪੇਟ ਚ ਮਾਰ। ਧੰਨਵਾਦ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਤੁਹਾਡੇ ਸਾਹਮਣੇ ਮੈਂ ਕਵਿਤਾ ਪੇਸ਼ ਕਰਨ ਜਾ ਰਹੀ ਹਾਂ, ਜਿਸ ਦਾ ਮੁੱਖ ਵਿਸ਼ਾ ਹੈ ਮਾਂ ਦਾ ਪਿਆਰ। ਅੱਖਰਾਂ ਦੀ ਵਿੱਚ ਰੁੱਝੀ ਹਾਂ ਮੈਂ, ਅੱਖਰਾਂ ਦੀ ਵਿੱਚ ਰੁੱਝੀ ਹਾਂ ਮੈਂ, ਰਿਸ਼ਤਿਆਂ ਦੀ ਹੈ ਤਾਂ ਮੈਂ, ਆਂਦਰ ਦਾ ਹੈ ਸਾਖ ਮੇਰਾ, ਆਂਦਰ ਦਾ ਹੈ ਸਾਖ ਮੇਰਾ, ਧੀਆਂ ਦੀ ਹਾਂ ਮੈਂ, ਧੀਆਂ ਦੀ ਹਾਂ ਮਾਂ ਮੈਂ, ਕੱਢ ਕਲੇਜਾ ਧਰ ਦਿੱਤਾ, ਕੱਢ ਕਲੇਜਾ ਧਰ ਦਿੱਤਾ, ਕਰ ਧੀਆਂ ਦਾ ਸਾਖ ਮੈਂ, ਤੀਸੀ ਜੋ ਅੰਦਰ ਮੇਰੀ, ਤੀਸੀ ਜੋ ਅੰਦਰ ਮੇਰੀ, ਮਿਲਦੀ ਹੈ ਮੈਨੂੰ ਬੜੀ ਦੇਰੀ, ਮਿਲਦੀ ਹੈ ਮੈਨੂੰ ਬੜੀ ਦੇਰੀ। ਧੰਨਵਾਦ। ਮੈਂ ਅੱਜ ਮਾਂ ਬਾਰੇ ਬੋਲਣਾ ਚਾਹੁੰਦੀ ਹਾਂ। ਮਾਂ ਸ਼ਬਦ ਦੁਨੀਆਂ ਦਾ ਸਭ ਤੋਂ ਪਿਆਰਾ, ਨਿਆਰਾ ਅਤੇ ਪਵਿੱਤਰ ਸ਼ਬਦ ਹੈ। ਜੇਕਰ ਇੱਕ ਪਾਸੇ ਸਾਰੀ ਦੁਨੀਆਂ ਅਤੇ ਇੱਕ ਪਾਸੇ ਮਾਂ ਹੈ, ਤਾਂ ਮਾਂ ਵਾਲਾ ਪੇੜਾ ਸਭ ਤੋਂ ਭਾਰੀ ਹੈ। ਮਾਂ ਦਿਆਲੂ ਹੈ, ਅੰਮ੍ਰਿਤ ਹੈ ਅਤੇ ਗੁੰਜੀ ਸ਼ਕਤੀ ਹੈ। ਮਾਂ ਉਹ ਦੌਲਤ ਹੈ ਜਿਹੜੀ ਬਿਨਾਂ ਮੰਗੀ ਆਈ ਹੈ। ਦਰਅਸਲ ਵਿੱਚ ਅਲੌਕਿਕ ਰਿਸ਼ਤਾ ਤਾਂ ਮਾਂ ਧੀ ਪੁੱਤ ਦਾ ਹੀ ਹੁੰਦਾ ਹੈ। ਧੰਨਵਾਦ।